ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ, ਇੱਕ ਵੀਡੀਓ ਰਾਮ ਸਿੰਘ ਰਾਣਾ ਦੀ ਆਈ ਆ, ਮੈਨੂੰ ਲੱਗਦਾ ਉਹ ਦੇਖਣੀ ਪੈਣੀ ਹੈ ਤੁਹਾਨੂੰ। ਦੇਖਣ ਤੋਂ ਪਹਿਲਾਂ ਪਤਾ ਨਹੀਂ ਲੱਗਣਾ ਗੱਲ ਨਹੀਂ ਬਣਨੀ, ਅਤੇ ਇੱਕ ਵਾਰੀ ਵੀਡੀਓ ਦੇਖ ਲਓ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ। ਦੇਖੋ ਸੀ ਬੰਦੇ ਨੇ ਕੀਤਾ ਕੀ ਆ, ਫਿਰ ਉਸ 'ਤੇ ਆਪਾਂ ਇੱਕ ਵਿਚਾਰ ਕਰਾਂਗੇ, ਜ਼ਰੂਰੀ ਥੋੜ੍ਹੀ ਜਿਹੀ ਵਿਚਾਰ ਕਰਾਂਗੇ, ਕੋਈ ਅੱਧੇ ਕੁ ਮਿੰਟ ਇੱਕ ਮਿੰਟ ਦੀ, ਉਹ ਵੀ ਸੁਣ ਲਿਓ। ਪਹਿਲਾਂ ਵੀਡੀਓ ਦੇਖ ਲਓ ਕੀ ਕਹਿੰਦਾ ਰਾਮ ਸਿੰਘ ਰਾਣਾ। ਪ੍ਰਣਾਮ ਸ਼ਹੀਦਾਂ ਨੂੰ, ਮੈਂ ਰਾਮ ਸਿੰਘ ਰਾਣਾ ਗੋਲਡਨ ਐਕਸ ਸੇ। ਮੇਰੇ ਭਾਈਓ, 21 ਤਾਰੀਖ ਸੇ 29 ਤਾਰੀਖ ਤੱਕ ਜੋ ਸ਼ਹੀਦੀ ਦਿਵਸ ਚਲੇ ਹੋਏ ਹੈ, ਇਸ ਮੇਂ ਗੋਲਡਨ ਐਕਸ ਨੇ ਇੱਕ ਛੋਟਾ ਸਾ ਪ੍ਰਯਾਸ ਕੀਆ ਹੈ, ਉਸ ਸਮੇਂ ਕੋ ਯਾਦਗਾਰ ਬਣਾਨੇ ਕੇ ਲੀਏ, ਇੱਕ ਝਲਕ ਦਿਖਾਨੇ ਕੇ ਲੀਏ। ਤੋ ਸਭੀ ਭਾਈਓ ਸੇ ਅਪੀਲ ਕਰੂੰਗਾ ਕਿ ਗੋਲਡਨ ਐਕਸ ਜਿਤਨੇ ਵੀ ਆਪਕੇ ਆਸ ਪਾਸ ਕੇ ਏਰੀਏ ਕੇ ਹੈ, ਯਹਾਂ ਪੇ ਫ੍ਰੀ ਲੰਗਰ ਸੇਵਾ ਹੈ, ਔਰ ਇਸ ਸਮੇਂ ਪੇ ਆਪ ਇੱਕ ਵਾਰੀ ਗੋਲਡਨ ਐਕਸ ਪੇ ਆ ਕੇ ਜ਼ਰੂਰ ਸੇਵਾ ਕਾ ਮੌਕਾ ਦੇ। ਮੈਂ ਆਪਸੇ ਅਪੀਲ ਕਰੂੰਗਾ ਕਿ ਇਸ ਸਮੇਂ ਕੋ ਹਮਨੇ ਯਾਦਗਾਰ ਪਲ ਹੈ, ਯੇ ਵੋ ਸਮੇਂ ਹੈ ਜੋ ਪੂਰੇ ਸਮਾਜ ਕੋ ਬਚਾਨੇ ਕੇ ਲੀਏ ਹਮਾਰੇ ਗੁਰੂਓ ਨੇ ਆਪਣੇ ਪਰਿਵਾਰੋਂ ਕਾ ਬਲੀਦਾਨ ਲਿਆ, ਤੋ ਉਸਕੋ ਮੈਂ ਕਦੇ ਭੁੱਲਣਾ ਨਹੀਂ ਹੈ, ਉਸਕੋ ਸਦਾ ਯਾਦ ਰੱਖਣਾ ਹੈ। ਧੰਨਵਾਦ। ਹੁਣ ਤੁਸੀਂ ਸਾਰਿਆਂ ਨੇ ਨਾ ਵੀਡੀਓ ਦੇਖ ਲਈ ਆ, ਤਾਂ ਇੱਕ ਆਪਣੇ ਆਪਣੇ ਸ਼ਹਿਰਾਂ 'ਚ, ਜ਼ਿਲ੍ਹਿਆਂ 'ਚ, ਪਿੰਡਾਂ 'ਚ, ਆਪਣੇ ਆਪਣੇ ਕਸਬਿਆਂ 'ਚ ਇਹ ਝਾਤੀ ਜ਼ਰੂਰ ਮਾਰਿਓ ਵੀ ਪੰਜਾਬ ਦੇ ਵਿੱਚ ਬਹੁਤ ਢਾਬੇ ਨੇ ਸੜਕਾਂ 'ਤੇ, ਰੋਡਾਂ 'ਤੇ, ਪੰਜਾਬੀਆਂ ਦੇ, ਭਰਾਵਾਂ ਦੇ, ਸਰਦਾਰਾਂ ਦੇ, ਸਿੱਖਾਂ ਦੇ, ਬਹੁਤ ਢਾਬੇ, ਬਹੁਤ ਹੋਟਲ ਨੇ। ਮੈਂ ਇਹ ਨਹੀਂ ਕਹਿੰਦਾ ਬਈ ਚਲੋ ਕੋਈ ਕੀਤਾ ਹੋਏਗਾ, ਪਰ ਕਿਹਨੇ ਕਿਹਨੇ ਕੀਤਾ, ਕਿਹੜੇ ਕਿਹੜੇ ਵੀਰ ਦੇ ਕੀਤਾ, ਉਹਦੀ ਡਿਟੇਲ ਜ਼ਰੂਰ ਦਿਓ ਵੀ ਜਿਹਨੇ ਇੱਦਾਂ ਸੇਵਾਵਾਂ ਆਪਣੇ ਹੋਟਲਾਂ 'ਤੇ, ਮਤਲਬ ਸੇਵਾਵਾਂ, ਲੰਗਰ ਫਰੀ ਕਰਤਾ, ਰਹਿਣਾ ਫਰੀ ਕਰਤਾ, ਖਾਣਾ ਫਰੀ ਕਰਤਾ, ਵੀ ਆ ਹਫ਼ਤਾ 10 ਦਿਨ ਹਰਿਆਣੇ ਪੰਜਾਬ ਦੇ ਯਾਰ। ਇਸੇ ਕਰਕੇ ਇਸ ਬੰਦੇ ਦੀ ਵੀਡੀਓ ਜਦੋਂ ਆਉਂਦੀ ਹੈ ਨਾ, ਮੇਰਾ ਦਿਲ ਕਰਦਾ ਮੈਂ ਪਾਵਾਂ, ਦਿਲ ਕਰਦਾ ਮੈਂ ਪਾਵਾਂ। ਅਤੇ ਪੰਜਾਬ 'ਚ ਕਿਹੜੇ ਕਿਹੜੇ ਹੋਟਲ ਨੇ, ਵੱਡੇ ਵੱਡੇ ਨੇ, ਕਿਹਨਾਂ ਨੇ ਆਪਣੇ ਹੋਟਲ ਦੇ ਲੰਗਰ ਲਾਇਆ ਹੋਇਆ। ਰਾਮ ਸਿੰਘ ਰਾਣਾ ਦੇ ਨਾ ਪਟਿਆਲੇ ਲਗਾਤਾਰ 2 ਸਾਲ ਹੋ ਗਏ ਨੇ ਲੰਗਰ ਚੱਲਦਾ ਪਿਆ, ਫਰੀ ਫਰੀ ਲੰਗਰ। ਹੋਰ ਵੀ ਕਈ ਢਾਬੇ ਨੇ, ਹੋਟਲ ਨੇ ਜਿੱਥੇ ਲੰਗਰ ਚੱਲਦਾ, ਅਤੇ ਤੁਸੀਂ ਦੱਸੋ ਵੀ ਇੱਥੇ ਕਿਹੜੇ ਹੋਟਲ ਨੇ। ਓਏ ਉਹ ਵੀਰ ਤੁਹਾਡੇ ਕੋਲੋਂ ਕੁਝ ਨਹੀਂ ਮੰਗਦਾ, ਇਹੀ ਮੰਗਦਾ ਤੁਸੀਂ ਪਿਆਰ ਦਿਓ ਅਤੇ ਰੱਜ ਕੇ ਸਪੋਰਟ ਉਸ ਵੀਰ ਨੂੰ ਕਰੋ, ਤਾਂ ਜੋ ਇੱਦਾਂ ਦੀਆਂ ਸੇਵਾਵਾਂ ਹੋਰ ਵੱਧ ਚੜ੍ਹ ਕੇ ਕਰੇ। ਜਿਉਂਦਾ ਰਹਿ ਰਾਮ ਸਿੰਘ ਰਾਣਾ, ਜੋ ਸ਼ਹੀਦਾਂ ਦੀ ਯਾਦ ਵਿੱਚ ਸੇਵਾ ਖੱਟ ਗਿਆ। ਅਸੀਂ ਤਾਂ ਗੱਲਾਂ ਜੋਗੇ ਹਾਂ ਭਰਾਵਾ, ਔਰ ਵੀਡੀਓ ਪਾਉਣ ਜੋਗੇ ਹਾਂ, ਤੂੰ ਸੱਚੀ ਦਿਲੋਂ ਸੇਵਾ ਖੱਟ ਗਿਆ, ਖੁਸ਼ੀਆਂ ਲੈ ਗਿਆ ਬਾਬਿਆਂ ਦੀ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਖੁਸ਼ੀਆਂ ਲੈ ਗਿਆ। ਗੋਲਡਨ ਹੱਟ ਖੇਤਰ ਅਸੀਂ ਅੱਜ ਇੱਥੇ ਪਹੁੰਚੇ ਹਾਂ, ਆਪਣਾ ਚੰਡੀਗੜ੍ਹ ਤੋਂ ਸੰਗਤ ਆਈ ਸੀਗੀ ਹਜ਼ੂਰ ਸਾਹਿਬ ਦੇ ਲਈ ਜਾ ਰਹੇ ਹਾਂ, ਅਤੇ ਅਸੀਂ ਪਹੁੰਚੇ ਸੀ ਗੋਲਡਨ ਹੱਟ ਕੁਰਕਸ਼ੇਤਰ, ਜਿੱਥੇ ਵਾਹਿਗੁਰੂ ਉਹਨਾਂ ਨੇ ਲੰਗਰ ਬਿਲਕੁਲ ਵਧੀਆ ਸੇਵਾ ਚਾਹ ਬ੍ਰੈਡ ਪਕੌੜੇ ਨੇ ਰਾਣਾ ਜੀ ਅਤੇ ਸਮੂਹ ਪਰਿਵਾਰ ਅਤੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਸੰਗਤਾਂ ਦੇ ਲਈ ਇੱਥੇ ਕਿ ਫਰੀ ਚਾਹ ਬ੍ਰੈਡ ਪਕੌੜਿਆਂ ਦਾ ਲੰਗਰ ਲਾਇਆ ਹੋਇਆ, ਜਿਨ੍ਹਾਂ ਨੇ ਸ਼ਹੀਦ ਲੈ ਕੇ ਸੇਵਾ ਕੀਤੀ।